ਕਿਸਾਨਾਂ ਲਈ ਖੁਸ਼ਖਬਰੀ ਵਿਗਿਆਨੀਆਂ ਨੇ ਬਾਸਮਤੀ ਦੀ ਅਜਿਹੀ ਕਿਸਮ ਤਿਆਰ ਕੀਤੀ ਹੈ ਜੋ ਉਤਪਾਦਕਾਂ ਨੂੰ ਮਾਲੋਮਾਲ ਕਰ ਸਕਦੀ ਹੈ ਇਹ ਬਾਸਮਤੀ ਦੂਜੀਆਂ ਕਿਸਮਾਂ ਨਾਲੋਂ ਵੱਧ ਝਾੜ ਦੇਵੇਗੀ ਹਾਸਲ ਜਾਣਕਾਰੀ ਮੁਤਾਬਕ ਬਾਸਮਤੀ ਝੋਨੇ ਦੀ ਇਹ ਨਵੀਂ ਕਿਸਮ ਖੇਤੀਬਾੜੀ ਯੂਨੀਵਰਸਿਟੀ ਦੇ ਨਗੀਨਾ ਰਿਸਰਚ ਸੈਂਟਰ ਨੇ ਤਿਆਰ ਕੀਤੀ ਹੈ ਨਗੀਨਾ ਰਿਸਰਚ ਸੈਂਟਰ ਵਿੱਚ ਵਿਕਸਿਤ ਹੋਣ ਕਾਰਨ ਇਸ ਕਿਸਮ ਨੂੰ ਯੂਨੀਵਰਸਿਟੀ ਨੇ ਨਗੀਨਾ ਵੱਲਭ ਬਾਸਮਤੀ 1 ਦਾ ਨਾਮ ਦਿੱਤਾ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਲਦ ਹੀ ਇਸ ਨਵੀਂ ਕਿਸਮ ਬਾਰੇ ਨੋਟੀਫਿਕੇਸ਼ਨ ਮਿਲ ਜਾਵੇਗਾ ਨਗੀਨਾ ਵੱਲਭ ਬਾਸਮਤੀ ਪੂਸਾ ਬਾਸਮਤੀ 1 ਨਾਲੋਂ 39% ਤੇ ਇਸ ਸਮੇਂ ਕਿਸਾਨਾਂ ਦੁਆਰਾ ਬੀਜੀ ਗਈ ਤਰਾਵੜੀ ਬਾਸਮਤੀ ਨਾਲੋਂ 123% ਵਧੇਰੇ ਝਾੜ ਦੇਵੇਗੀ ਇਸ ਨੂੰ ਬਣਾਉਣ ਵਾਲੇ ਵਿਗਿਆਨੀਆਂ ਅਨੁਸਾਰ ਇਸ ਕਿਸਮ ਦੇ ਝਾੜ ਦੀ ਸਮਰੱਥਾ ਪ੍ਰਤੀ ਹੈਕਟੇਅਰ ਵਿੱਚ 63 ਕੁਇੰਟਲ ਤੱਕ ਪਾਈ ਗਈ ਹੈ ਖਾਸ ਗੱਲ ਇਹ ਹੈ ਕਿ ਝੋਨੇ ਦੀ ਇਹ ਨਵੀਂ ਕਿਸਮ ਪੂਸਾ ਬਾਸਮਤੀ 1 ਲਗਭਗ 15-20 ਦਿਨ ਪਹਿਲਾਂ ਪੱਕਣ ਤੋਂ ਬਾਅਦ ਤਿਆਰ ਹੋ ਜਾਂਦੀ ਹੈ ਹੋਰ ਬਾਸਮਤੀ ਦੇ ਮੁਕਾਬਲੇ ਇਸ ਨੂੰ ਉਗਾਉਣ ਲਈ 2 ਤੋਂ 3 ਘੰਟੇ ਸਿੰਜਾਈ ਦੀ ਜ਼ਰੂਰਤ ਹੋਵੇਗੀ ਇਸ ਨਾਲ ਪਾਣੀ ਦੀ ਬਚਤ ਹੋਵੇਗੀ ਤੇ ਖੇਤੀ ਦੇ ਖਰਚੇ ਵੀ ਘੱਟ ਹੋਣਗੇ ਫਸਲ ਦੇ ਛੇਤੀ ਤਿਆਰ ਹੋਣ ਕਾਰਨ ਅਗਲੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਆਪਣੇ ਖੇਤ ਸਮੇਂ ਸਿਰ ਮਿਲਣਗੇ ਇਹ ਕਿਸਮ 100 ਤੋਂ 105 ਸੈਮੀ ਦੇ ਦਰਿਆਨ ਉਚਾਈ ਵਾਲਾ ਪੌਦਾ ਹੈ ਇਸ ਕਾਰਨ ਫਸਲ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਘੱਟ ਹੈ ਉਤਪਾਦ ਦੀ ਗੁਣਵੱਤਾ ਅਤੇ ਉਤਪਾਦਕਤਾ ਚੰਗੀ ਰਹੇਗੀ ਬਾਸਮਤੀ ਚੌਲਾਂ ਦੀ ਤਰ੍ਹਾਂ ਇਸ ਦੇ ਚੌਲ ਪਤਲੇ ਲੰਬੇ ਨਰਮ ਤੇ ਖੁਸ਼ਬੂਦਾਰ ਹਨ ਇਹਨਾਂ ਨੂੰ ਪਕਾਉਣ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ ਉਹਨਾਂ ਦੀ ਖਾਣਾ ਪਕਾਉਣ ਦੀ ਗੁਣਵੱਤਾ ਵੀ ਪੂਸਾ ਬਾਸਮਤੀ 1 ਨਾਲੋਂ ਵਧੀਆ ਹੈ ਪੂਸਾ ਬਾਸਮਤੀ ਤੋਂ ਬਣੇ ਹੋਣ ਕਾਰਨ ਇਹ ਨਵੀਂ ਕਿਸਮ ਬਿਮਾਰੀਆਂ ਅਤੇ ਕੀੜਿਆਂ ਤੋਂ ਘੱਟ ਪ੍ਰਭਾਵਿਤ ਹੁੰਦੀ ਹੈ ਇਸ ਨੂੰ ਗਰਦਨ ਤੋੜ ਭਾਵ ਬਲਾਸਟ ਨਾਂ ਦੀ ਬਿਮਾਰੀ ਦਾ ਵੀ ਕੋਈ ਖਤਰਾ ਨਹੀਂ ਹੈ ਝੋਨਾ ਉਤਪਾਦਕ ਕਿਸਾਨਾਂ ਨੂੰ ਜ਼ਿਆਦਾਤਰ ਨੁਕਸਾਨ ਇਸ ਤਰ੍ਹਾਂ ਦੀਆਂ ਬਿਮਾਰੀਆਂ ਕਾਰਨ ਹੁੰਦਾ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਝੱਲਣੀ ਪੈਂਦੀ ਹੈ ਇਸ ਫਸਲ ਦੀ ਦੇਖਭਾਲ ਤੇ ਸੰਭਾਲ ਬਾਸਮਤੀ ਦੀਆਂ ਹੋਰਾਂ ਕਿਸਮਾਂ ਨਾਲੋਂ ਆਸਾਨ ਹੈ ਇਸ ਦੀ ਕੀਮਤ ਵੀ ਘੱਟ ਹੈ ਅੱਜ ਦੇ ਸਮੇਂ ਵਿੱਚ ਮੌਸਮ ਨਿਰੰਤਰ ਬਦਲਦਾ ਹੈ ਖੇਤਾਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਕਿਸਾਨਾਂ ਕੋਲ ਸਿੰਜਾਈ ਦੇ ਸਾਧਨ ਘੱਟ ਹਨ ਘੱਟ ਪਾਣੀ ਉਪਲਬਧ ਹੈ ਅਜਿਹੀ ਹਾਲਤ ਵਿੱਚ ਬਾਸਮਤੀ ਦੀ ਇਹ ਨਵੀਂ ਕਿਸਮ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਝੱਲ ਸਕਦੀ ਹੈ ਤੇ ਚੰਗੀ ਫਸਲ ਦੇ ਸਕਦੀ ਹੈ ਸਪੈਸ਼ਲ ਡੈਸਕ ਰਿਪੋਰਟ ਵਰਲਡ ਪੰਜਾਬੀ ਟੀਵੀ